अच्छा पहले तो सर अपना सराय की बुलाने कोई तुम्हारा नाम क्या इसमें ग्रामी? ख्वाजा इमरान। ख्वाजा इमरान साहब। अच्छा ख्वाजा इमरान साहब पूरा नाम क्या रहा साहब है? ख्वाजा इमरान फुलन शरीफ। फुलन शरीफ माशाल्लाह। अच्छा ए जी माशाल्लाह। अच्छा तो फुलन शरीफ जड़ा है वो क्या उसका कोई दरबार है पिया या तुम्हारा जरा सिलसिला उसी कोई मेरा ख्याल है? जिंदाबाद। अच्छा तो ख्वाजा साहब तुरी असा मतलब एक छोटी जी सक्सेस स्टोरी ए जी मैं दसेंदे पे फरमेंदे पे वल मैं सोचे कि भाई यार दूजे बालों को सारे एक मतलब है नवी जनरेशन को एक मोटिवेशन मिले ये इंदा मकसद है प्या। ठीक हो गया। अच्छा हूँ फुलन शरीफ तो माशाल्लाह थोड़ा तालुक है तुम बिस्मिल्लाह कितों की थी जी वो 20,000 रुपये वाली गल सुनाओ। राइट बेहतर सही वाले साहब के लाहौर पंजाब यूनिवर्सिटी दाखिल हो रहा है। ओके मैंने फर्स्ट से पढ़ लिया लेकिन एक महीने बाद दिल लगा फट गया। वापस याद है वाले साहब का घर ना भी अल्लाह अकबर। अच्छा मेरी जेब में 20,000 रुपये ही गया। सही गोली टाप जगह हम स्टार्ट करते हैं जिस पे आता है गुड खुले डब्बे आलू की मेरा फटा है। एक एक दस पर सजा रखे ठीक है सही याद रखा। एक महीना जून ना ही नहीं यकम जून 2012 को स्टार्ट किया। अच्छा जून के महीने एक महीने में टाफ है पिघला रह गया। ओए हाँ गर्मी गर्मी है सही बाहर थोप तो फिर लिख रहा है कि 28 रुपये सेल एक महीने एक महीने की सेल 28 रुपये 28 रुपीस अल्लाह अकबर। अच्छा तो रास्ते के नहीं इडू रास्ते बंद सारे। हाँ बिल्कुल शेयर घाटी के दाम ही चलते हैं यही एक रोटी ਕਿਉਂਕਿ ਜਿਹੜੀ ਬਿਲ ਨਹੀਂ ਕਾਗਜ਼ ਦਾ ਅੱਲਾਹ ਅਕਬਰ ਪਹਿਆ ਕਿ ਤਾਂ ਵੀ ਪਿਛ ਕਰਿਆ ਤਾਂ ਹਟਣਾ ਕੋਈ ਨਹੀਂ ਸਹੀ ਕਿਉਂਕਿ ਇਹ ਮੇਰਾ ਆਪਣਾ ਕਦਮ ਹੀ ਗਿਆ ਜ਼ਬਰਦਸਤ ਕਿਸ ਤੇ ਜਲੀ ਮੇ ਤਾਂ ਸਹੀ ਸਹੀ ਫੈਂਟੈਸਟਿਕ ਸਟਾਰਟ ਕਿ ਤਾਂ ਅੱਲਾਹ ਨਾ ਗਿਆ ਤੇ ਲੰਗਾ ਰਿਆ ਇੱਕ ਸਾਲ ਅਰਸਾ ਇੱਕ ਸਾਲ ਬਾਅਦ ਮੇਰਾ ਨਾ ਪੈਸਾ ਹੋ ਗਿਆ ਪੂਰੇ ਇਲਾਕੇ ਦੀ ਕਿਤਾ ਕੰਮ ਦਿੱਤਾ ਲੋਕ ਖਿਲ ਗਿਆ ਇਤਨਾ ਤਾਲੀਮ ਦਾ ਤੇ ਟਿਕਰ ਮਿਲੀ ਸੀ ਹੱਕ ਵੀ ਇਹਦੇ ਤੋਂ ਪੜ੍ਹ ਲਿਖ ਕੇ ਅਤੇ ਹੁਣ ਟਿੱਕੀਆਂ ਟਾਫੀਆਂ ਵੀ ਚਾਹੀਦਾ ਵਧੇ ਉਹ ਪਹਿਲੇ ਮਤਲਬ ਮਜ਼ਾਕ ਉੜੇਦੇ ਰਹਿ ਗਏ ਲੇਕਿਨ ਇੱਕ ਸਾਲ ਦੇ ਬਾਅਦ ਕਿਆ ਥੇ ਇੱਕ ਸਾਲ ਬਾਅਦ ਅਲਹਮਦੁਲਿਲਾ ਮੇਰੇ ਇਲਾਕੇ ਦੇ ਨਾ ਹਾਂਜੀ ਨਾਮ ਚ ਵਰਤਾ ਕੇ ਵੀ ਕੋਈ ਦੁਕਾਨ ਹੈ ਤੇ ਸੁਭਾਨ ਅੱਲਾਹ ਕਿਆ ਬਾਤ ਲੇਕਿਨ ਮੈਂ ਸੋਚੋ ਕਿ ਇਹ ਵੀ ਜਿੱਦਾਂ ਫੁੱਲਾਂ ਤੇ ਕੋਈ ਇਜਾ ਕਾਰੋਬਾਰ ਕੀਤਾ ਵਜੇ ਜੇ ਨਾ ਹੋਵੇ ਰਾਈਟ ਰਾਈਟ ਠੀਕ ਹੈ ਕਿ ਤੁਸੀਂ ਗੋਲੀ ਟਾਕ ਦਾ ਕਾਰੋਬਾਰ ਕਰ ਰਹੇ ਹੋ ਗੋਲੀ ਟਾਕ ਦਾ ਬਿਜ਼ਨਸ ਵੀ ਕੋਈ ਵੀ ਕਰਨੇ ਕਰਦਾ ਪਰ ਚੋਰ ਦੀ ਜ਼ਬਾਨ ਆ ਰਹੀ ਹਰ ਸ਼ੈ ਨੂੰ ਮੋਟਰਸਾਈਕਲ ਦੀ ਹਾਲ ਬਿਜਲੀ ਦੀ ਹਾਲ ਕਿਉਂ ਤੇ ਪਹਿਲਾਂ ਜ਼ਬਰਦਸਤ ਕਾਫੀ ਦੇ ਕੋਲ ਠੀਕ ਠੀਕ 12 13 14 ਵਾਲੇ ਸਾਹਿਬ ਡੇਢ ਸਾਲ ਬਾਅਦ ਰਾਜ਼ੀ ਹੋ ਗਿਆ ਛੀ ਮੇਰੇ ਘਰ ਨਾ ਹੀ ਛੀ ਮੇਰੇ ਪਰ ਘਰ ਨਹੀਂ ਪੈ ਗਿਆ ਵਾਲੇ ਸਾਹਿਬ ਵਾਲਾ ਹੀ ਸਹੀ ਹੋ ਗਿਆ ਅੱਲੇ ਦੇ ਦਾ ਅੱਲਾਹ ਪੜਿਆ ਨਹੀਂ ਵੀ ਲੇਕਿਨ ਅੱਜ ਅੱਲਾਹ ਦਾ ਲੱਖ ਲੱਖ ਸ਼ੁਕਰ ਹੈ ਪਿਆਰ ਜਿਹਨਾਂ ਦਾ ਚਾਰ ਪੰਜ ਪੁੱਤ ਰਹੇ ਨੇ ਮਾਸ਼ਾਅੱਲਾ ਵਾਲੇ ਸਾਹਿਬ ਜੀ ਦੇ ਮੌਣ ਫਖਰ ਨਾਲ ਗੱਲ ਕਰਨ ਦਾ ਸਾਨਾ ਅੱਲਾਹ ਅਕਬਰ ਵਾਹ ਸੁਭਾਨ ਜਗਾ ਨੇ ਨਬੀ ਅਮੇ ਆਪ ਤੋਂ ਬਣਾ ਲਿਆ ਕੀ ਬਾਤ ਕੀ ਬਾਤ ਪੂਰੇ ਜਿੰਨਾ ਵੀ ਮੇਰੇ ਆ ਹਮਸ਼ੀਰ ਹੈ ਭਾਈ ਜਾ ਰਹੇ ਸਭ ਤੋਂ ਜ਼ਿਆਦਾ ਫਖਰ ਨਾਲ ਮਹਿਸੂਸ ਕਰ ਰਹੇ ਜੀ ਮੇਰੇ ਬੇਟਾ ਬਣ ਗਿਆ ਜਾਂ ਬਾਤ ਕੀ ਬਾਤ ਅੱਜ ਮੈਨੂੰ ਮਾਰਕੀਟ ਵਿੱਚ ਸੇ ਇੱਜ਼ਤ ਹੈ ਅਲਹਮਦੁਲਿਲਾ ਕੰਪਨੀ ਦਾ ਲੋਕ ਕ੍ਰੈਡਿਟ ਦੇ ਰਹੇ ਨੇ ਵਾਲ ਐਕਸਟਰਾ ਦੇ ਰਹੇ ਨੇ ਸਹੀ ਹੈ ਇੱਜ਼ਤ ਕਰ ਰਹੇ ਨੇ ਸਹੀ ਪਿਛਲੇ ਸਾਲ ਬਹੁਤ ਸਾਰੇ ਨੇ ਕੰਪਨੀ ਨੇ ਗਿਫਟ ਕੀਤਾ ਕੀ ਬਾਤ ਫੰਟੈਸਟਿਕ ਮਾਸ਼ਾਅੱਲਾ ਔਰ ਪਿਛਲੇ ਲੜਕੇ ਤਕਰੀਬਨ 4-5 ਦੀ ਜਗ੍ਹਾ ਇੱਕ ਖਾਸ ਬੋਰਡ ਦੇ ਤੱਕ 50,000 ਦਾ ਲੋਕ ਲੈਟਰ ਰਿਸੀਵ ਤੇ ਸਹੀ ਇੱਕ ਮੈਂ ਦੀ ਸੇਲ ਤੇ ਐਪਰੀਸ਼ੀਏਟ ਅੱਛੀ ਅੱਛੀ ਸੇਲ ਪਰਫਾਰਮੈਂਸ ਦੇ ਉੱਤੇ ਉਹਨਾਂ 50,000 ਦਾ ਚੈੱਕ ਦਿੱਤਾ ਠੀਕ ਹੈ ਚੈੱਕ ਰਿੰਗ ਦਾ कैश भेजें अच्छा एमडी फॉर टॉप के है क्या माशाल्लाह जबरदस्त एप्रिशिएट की तरह बहुत इज्जत की तरह माशाल्लाह कमाल जी कमाल माशाल्लाह अल्लाह ताला मजीद तरक्कियां देवे जी जजाक अल्लाह। देखो ना ये असे एक छोटा जिया एक मिशन शुरू कीते कि भाई यार बालों को तालीम दो ਨਾਲ ਉਹਨਾਂ ਨੂੰ ਮਤਲਬ ਇਹ ਕੋਈ ਕੰਮ ਵੀ ਹੁਨਰ ਵੀ ਨਾਲ ਲਿਓ ਅਤੇ ਉਹਦੇ ਵਿੱਚ ਫਾਇਦਾ ਇਹ ਕਿ ਵੀ ਅੱਲਾਹ ਪਾਕ ਵਾਲਾ ਅੱਛਾ ਨੀਅਤ ਹੋਵੇ ਤਾਂ ਕਾਰੋਬਾਰ 'ਚ ਦੇਖੋ ਨਾ ਜੀ ਬਰਕਤ ਹੈ ਹੈਂ ਮੁਲਾਜ਼ਮਤ 'ਚ ਬਰਕਤ ਕੋਈ ਨਹੀਂ ਹੈ ਜੀ। ਅਸਾਂ ਅਗਲਾ ਇੰਟਰਵਿਊ ਕਰੇ ਸੋ ਸਹੀ ਆਪਣਾ ਇੱਕ ਵੀ ਆ ਉਹ ਸਾਹਿਬ ਨੌਕਰੀ ਕਰਿੰਦੇ ਰਹਿ ਗਏ ਅਤੇ ਇਹ ਵੱਲ ਅਗਲਾ ਹੁਣ ਕਲਿੱਪ ਕੀ ਵੀ ਆਪਣੇ ਨੇ ਇਨਸ਼ਾਅੱਲਾ। ਬਹੁਤ ਸ਼ੁਕਰੀਆ ਸਰ ਤਸ਼ਰੀਫ ਆਵਰੀ ਦਾ ਮੁਲਾਕਾਤ ਦਾ ਗੱਪ ਸ਼ੱਪ ਦਾ ਅੱਲਾਹ ਤਾਲਾ ਤੁਹਾਨੂੰ ਮਜ਼ੀਦ ਕਾਮਯਾਬੀਆਂ ਦੇਵੇ ਇਨਸ਼ਾਅੱਲਾ। ਸਾਰੀਆਂ ਦੋਵਾਂ ਤੁਹਾਨੂੰ ਨਾਲ ਹਨ ਅਤੇ ਸਾਰੀ ਤਰਫੋਂ ਕੋਈ ਸਪੋਰਟ ਚਾਹੀਦੀ ਹੋਵੇ ਮੁਲਤਾਨ ਦੇ ਹਵਾਲੇ ਨਾਲ
ਇਨਸ਼ਾਅੱਲਾ ਅਸੀਂ ਇੱਥੇ ਬੈਠੇ ਹਾਂ ਤੁਹਾਡੇ, ਮਤਲਬ ਰਿਪ੍ਰੈਜ਼ੈਂਟੇਟਿਵ ਬੈਠੇ ਹਾਂ ਸਾਰੇ, ਤੁਸੀਂ ਵੀ ਚਲੇ ਬੈਠੇ। ਅੱਛਾ ਉਹ ਵੀ ਚਲਿਆਂਦੇ ਪਿਓ, ਇਹ ਦੁਆ ਕੋ ਅਸੀਂ ਬਿਜੇ ਨੇ ਨਾ, ਤੁਸੀਂ ਉਹਦੇ ਉੱਤੇ ਚੜ੍ਹਾ ਦੇ ਸੋ। ਹਾਂਜੀ ਹਾਂਜੀ ਅੱਛਾ ਅੱਛਾ ਅਲਹਮਦੁਲਿਲਾਹ ਗ੍ਰੇਟ। ਹਾਂ ਹਾਂ ਮਕਸਦ ਤਾਂ ਅੱਛਾ ਨਾ, ਲੇਕਿਨ ਇਸਲਾਹ ਵਾਸਤੇ, ਇਸਲਾਹ ਵਾਸਤੇ ਸਹੀ ਬਿਲਕੁਲ। ਉਹ ਅਸਾਂ ਮਿਸ਼ਨ ਸੇਮ ਕਿਤੇ ਵਧਿਆ ਨਾ, ਅਸਾਂ ਆਖਦੇ ਕਿ ਬਈ ਇਸਲਾਹ ਦੇਖੋ ਨਾ, ਅੱਜ ਚੋਰੀ ਡਕੈਤੀ ਕਿਤਨੇ ਵਾਕਿਆਤ, ਨੌਜਵਾਨ ਬੇਰੁਜ਼ਗਾਰੀ ਦੇ ਮਾਮਲਾਤ ਤੋਂ ਤੰਗ ਆ ਕੇ ਕਰਦੇ ਖੜੇ ਨਾ, ਤਾਂ ਯਾਰ ਉਹਨਾਂ ਕੋਲ ਅਗਰ ਕਈ ਹੁਨਰ 'ਤੇ ਲਾ ਰਹੇ ਹੋ, ਕਈ ਕੰਮ 'ਤੇ ਧੰਦੇ 'ਤੇ ਲੱਗੇ ਖੜੇ ਹੋ ਮੈਨ, ਤਾਂ ਇਹ ਮਸਾਇਲ ਜਿਹੜੇ ਇਹ ਮੁਆਸ਼ਰਤੀ ਮਸਾਇਲ ਹਨ, ਇਹਨਾਂ ਤੋਂ ਤਾਂ ਨਿਕਲਦੇ ਹੋ ਨਾ, ਅਸਲ ਹੀ ਕਾਜ਼ 'ਤੇ ਕੰਮ ਕਰਦੇ ਪਏ। ਇਨਸ਼ਾਅੱਲਾ ਜਜ਼ਾਕ ਅੱਲਾਹ ਖੈਰ, ਬਹੁਤ ਸ਼ੁਕਰੀਆ ਸਰ।